ਇਹ ਜੀ ਜਵਾਲਾ ਜੀ ਮਾਂ ਚਿੰਤਪੁਰਨੀ ਅਨੰਦਪੁਰ ਸਾਹਿਬ ਜਿਹੜੇ ਜੀ ਸੰਗਤਾਂ ਨਤਮਸਤਕ ਹੋਣਗੀਆਂ ਜੀ, ਮੱਥਾ ਟੇਕਣ ਜਾ ਰਹੀਆਂ ਨੇ ਸੰਗਤਾਂ, ਔਰ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਆਪ ਦਫ਼ਤਰ ਹੀ ਆ ਕੇ ਸੰਗਤਾਂ ਪੁੱਛ ਜਾਂਦੀਆਂ ਨੇ ਵੀ ਅਗਲੀ ਬੱਸ ਕਦੋਂ ਚੱਲਣੀ ਹੈ ਅਤੇ ਸਾਡਾ ਨਾਮ ਪਾ ਦਿਓ। ਸੋ ਮੈਨੂੰ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਉਪਰਾਲਾ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦਾ, ਬਹੁਤ ਵੱਡਾ ਉਪਰਾਲਾ ਹੈ ਔਰ ਲੱਖਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੁਣ ਤੱਕ ਸੰਗਤਾਂ ਜਿਹੜੀਆਂ ਨੇ ਉਹ ਮੱਥਾ ਟੇਕ ਚੁੱਕੀਆਂ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਸ਼ੀਰਵਾਦ ਸਦਕਾ। ਸੋ ਮੈਂ ਧੰਨਵਾਦ ਕਰਦਾ। ਇਹ ਨੀਅਰ ਅਬਾਊਟ ਜੀ 40-43 ਦੇ ਕਰੀਬ ਜਿਹੜੀਆਂ ਹੁਣ ਫਿਰ ਸੰਗਤਾਂ ਜਾ ਰਹੀਆਂ, ਜਿੰਨੀ ਕੁ ਬੱਸ ਦੇ ਵਿੱਚ ਕਪੈਸਿਟੀ ਆ ਉਹਦੇ ਹਿਸਾਬ ਨਾਲ ਜਾ ਰਹੇ ਨੇ ਜੀ। ਇਹ ਜੀ ਅੱਜ ਜਾਣਗੇ ਅਤੇ ਕੱਲ੍ਹ ਜਿਹੜਾ ਵਾ ਵੀ ਸ਼ਾਮ ਨੂੰ ਵਾਪਸੀ ਆਉਣਗੇ ਜੀ। ਹਾਂਜੀ, ਖਿਆਰੀ ਸਾਹਿਬ ਕਲਸੀ ਆਮ ਪਾਰਟੀ ਵੱਲੋਂ ਫਰੀ ਬੱਸ ਜਾ ਰਹੀ ਆ ਸਾਰਿਆਂ ਬੱਸ, ਜਿੰਨੇ ਯਾਤਰੀ ਸਾਹਿਬ ਫਰੀ ਹੈ, ਜੋ ਖਰਚਾ ਸਾਹਿਬ ਸਰਕਾਰ ਨੇ ਕਰਨਾ ਵਾ। ਔਰ ਸਰਕਾਰ ਨੇ ਇਹ ਉਪਰਾਲਾ ਬਣਾਇਆ ਵੀ ਹਰ ਇੱਕ ਨੂੰ ਜਿਹੜਾ ਫਰੀ ਯਾਤਰਾ ਕਰਾਉਣੀ ਆ। ਅਤੇ ਹੁਣ ਇੱਥੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਉਸ ਤੋਂ ਬਾਅਦ ਫਿਰ ਜਵਾਲਾ ਜੀ ਆ ਜਾਂ ਅਨੰਦਪੁਰ ਸਾਹਿਬ ਸਟੇਅ ਹੋਏਗਾ ਰਾਤ, ਅਤੇ ਉੱਥੋਂ ਰਹਿ ਕੇ ਬਾਕੀ ਜਿੰਨੇ ਵੀ ਗੁਰਦੁਆਰੇ ਜਾਂ ਮੰਦਰ ਨੇ ਉਹਨਾਂ ਸਾਰਿਆਂ ਦੇ ਦਰਸ਼ਨ ਜਿਹੜੇ ਸੰਗਤਾਂ ਨੂੰ ਕਰਾਉਣੇ ਆ। ਅਤੇ ਕਲਸੀ ਸ਼ਿਆਰੀ ਸਾਹਿਬ ਜੀ ਦਾ ਬਹੁਤ ਅਤੇ ਆਮ ਪਾਰਟੀ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਆਮ ਪਾਰਟੀ ਨੇ ਇਹ ਉਪਰਾਲਾ ਬਣਾਇਆ ਵਾ ਕਿ ਜਿਹੜੇ ਸੰਗਤ ਨੂੰ ਯਾਤਰਾ ਕਰਾਉਣੀ, ਇਹ ਬਲਕਿ ਫਰੀ ਯਾਤਰਾ ਵਾ ਅਤੇ ਪੂਰੀ ਸੁਵਿਧਾ ਜੋ ਖਰਚਾ ਸਰਕਾਰ ਦਾ ਵਾ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਰਾਜ ਜੀ, ਇਹ ਆਮ ਆਦਮੀ ਪਾਰਟੀ ਦਾ ਉਪਰਾਲਾ, ਇਹ ਕੋਈ ਜਾਤ ਪਾਤ ਨਹੀਂ, ਹਰ ਤੀਰਥਾਂ 'ਤੇ ਖੰਡੇ ਹੈ ਜੀ, ਅਤੇ ਬਹੁਤ ਸੰਗਤਾਂ ਉਤਸ਼ਾਹ ਨਾਲ ਜਾ ਰਹੀਆਂ, ਕੋਈ ਖਰਚਾ ਨਹੀਂ, ਕੋਈ ਕਿਸੇ ਨਾ ਕੋਈ ਇਹ ਗੱਲ ਦੀ ਕੋਈ ਮਤਲਬ ਰੁਕਾਵਟ ਨਹੀਂ, ਹਰ ਤੀਰਥਾਂ 'ਤੇ ਜਾਣ ਡੇ ਜੀ। ਹੁਣ ਆਪਾਂ ਦਰਬਾਰ ਸਾਹਿਬ ਅਨੰਦਪੁਰ ਸਾਹਿਬ ਜਾਣਾ, ਜਵਾਲਾ ਜੀ ਚਿੰਤਪੁਰਨੀ ਜਵਾਲਾ ਜੀ ਸਾਰੇ ਦਰਸ਼ਨ ਮੇਲੇ ਕਰਕੇ ਰਾਤ ਸਟੇ ਅਨੰਦਪੁਰ ਸਾਹਿਬ ਕਰਨਾ, ਮੁੜ ਕੇ ਉਹਦੇ ਬਾਅਦ ਅਸੀਂ ਕੱਲ੍ਹ ਵਾਪਸੀ ਆਉਣੀ ਹੈ ਜੀ। ਟੋਟਲ ਖਰਚਾ ਗੌਰਮੈਂਟ ਦਾ, ਅਸੀਂ ਕੇਜਰੀਵਾਲ ਸਾਹਿਬ ਦਾ, ਭਗਵੰਤ ਮਾਨ ਜੀ ਦਾ, ਸ਼ਹਿਰੀ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਜੀ। ਬਹੁਤ ਖੁਸ਼ੀ ਆ ਸਾਡਾ, ਬਹੁਤ ਅੱਛਾ ਹੈ। ਖਾਣ ਪੀਣ ਨੂੰ ਸਾਰਾ ਉਪਰਾਲਾ ਸਾਡੇ ਇਹਨਾਂ ਦਾ ਹੀ ਹੈ ਜੀ, ਕਹਿਣ ਦੇ ਗੌਰਮੈਂਟ ਵੱਲੋਂ ਸਾਰਾ ਖਰਚਾ ਜੀ ਸਾਰਾ ਜੀ। ਅਤੇ ਬਹੁਤ ਵਧੀਆ ਜੀ, ਅਸੀਂ ਬਹੁਤ ਖੁਸ਼ ਹਾਂ ਜੀ, ਸਾਡੇ ਨਾਲ ਬਹੁਤ ਸੰਗਤ ਜੁੜੀ ਆ। ਅਤੇ ਆਹ ਦੂਜੀ ਬੱਸ ਚੱਲੀ ਆ ਅਤੇ ਬਾਅਦ 'ਚ ਫਿਰ ਬੱਸ ਜਾਏਗੀ, ਫਿਰ ਦੂਜੀ ਸੰਗਤਾਂ ਜਾਣਗੀਆਂ ਜੀ।